ਰਾਧਾ ਜੀ ਕੁਝ ਥੋੜਾ ਜਿਹਾ ਤੁਹਾਡੇ ਪ੍ਰੋਗਰਾਮ ਨਾਲ ਹੀ ਹੈ, ਥੋੜਾ ਜਿਹਾ ਅੱਗੇ ਗਿਆ ਜੋ ਖੰਜੜੇ ਪਰ ਓਲੇ ਬੈਠੇ ਹੋ, ਥੋੜਾ ਜਿਹਾ ਮਿਹਰਬਾਨੀ ਫਰਮਾਓ, ਕਿਉਂਕਿ ਮਲਕ ਸਾਹਿਬ ਪੜ੍ਹਨੇ, ਮੈਂ ਬਰਖੁਰਦਾਰ ਨੂੰ ਆਪ ਟਾਈਮ ਦਿੱਤਾ ਇਸ ਵਾਸਤੇ ਜੋ ਅਸਾਂ ਬਾਨੀ ਹੈ, ਅਗਰ ਤੁਸੀਂ ਸਾਥ ਦਿਓ ਤਾਂ ਅਸੀਂ ਫਜਰ ਤੱਕ ਮਜਲਿਸ ਲਿਜਾਈਏ, ਸੁਬਹ 9 ਵਜੇ ਤੱਕ ਲਿਜਾਈਏ, ਤੁਸੀਂ ਸਾਥ ਦਿਓ ਮਜਮਾ ਮੁਹੰਮਦਪੁਰ ਸਿਆਲ ਦਾ ਨਫੀਸ ਤਰੀਨ ਨਾਜ਼ਾਂ ਦੇ ਪੱਲੇ ਹੋਏ ਮੋਮਿਨ, ਅਗਰ ਇਹ ਸਾਥ ਦੇਵਨ ਤਾਂ ਅਸੀਂ ਕੱਲ੍ਹ ਸ਼ਾਮ ਤੱਕ ਮਜਲਿਸ ਲੈ ਜਾ, ਤੁਹਾਡਾ ਹਾਲ ਹੀ ਹੋਇਆ ਫਿਰ ਦੁਬਾਰਾ ਠੀਕ ਹੈ, ਅਸੀਂ ਦੁਆ ਮੰਗਾ ਦਿੰਦੇ ਹਾਂ ਸ਼ਬਾਦ ਪਾਕਿਸਤਾਨ ਮੇਰੇ ਬਾਅਦ ਤਸ਼ਰੀਫ ਫਰਮਾਏ, ਅਤੇ ਉਹ ਇਨਸ਼ਾਅੱਲਾ ਦੁਆ ਮੰਗਾ ਦੇ, ਸੁਣੋ ਨਵੀਂ ਕੋਈ ਨਹੀਂ ਪੜ੍ਹਨਾ, ਮੈਂ ਡਾ ਲਾਮਾ ਕੋਈ ਨਹੀਂ ਪੜ੍ਹਨਾ, ਹਾਂ ਲੁਕੇ ਬੈਠੇ ਬਿਨਾਂ ਅਲੀ ਦੇ ਫਿਰਨਾ ਰੱਬ ਲੱਭਦਾ, ਬਿਨਾਂ ਅਲੀ ਦੇ ਫਿਰਨਾ ਰੱਬ ਲੱਭਦਾ, ਰੱਬ ਜਾਣਦਾ ਤੇਰੀਆਂ ਮੱਕਾਰੀਆਂ ਨੂੰ, ਦਿਨ ਹਸ਼ਰ ਦੇ ਮਾਰੇਗਾ ਮੂੰਹ ਉੱਤੇ ਇਹਨਾਂ ਤੇਰੀਆਂ ਇਬਾਦਤਾਂ ਸਾਰੀਆਂ ਨੂੰ, ਧੱਕਾ ਹੋਣਾ ਨਹੀਂ ਮਾਸ਼ਰ ਦੇ ਦਿਨ ਅੰਦਰ, ਤੂੰ ਵੀ ਮੰਨ ਜਾ ਅਲੀ ਦੀਆਂ ਸਰਦਾਰੀਆਂ ਨੂੰ, ਸ਼ਰਬਤ ਕਾਤਲ ਵੀ ਪੀ ਕੇ ਟੁਰ ਗਈ ਵੇਖ ਅਲੀ ਦੀ ਡੇਰੇਦਾਰੀਆਂ ਨੂੰ, ਅੱਲਾ ਤੁਹਾਡੀ ਜ਼ਿੰਦਗੀ ਕਰੇ ਹੋ ਕੇ ਦੇ ਕੇ ਜੰਨਤ ਬਹਿਲੋਲ ਵੇਚੀ, ਬੋਲੋ ਥੋੜ੍ਹਾ ਜਿਹਾ, ਹੋ ਕੇ ਦੇ ਕੇ ਜੰਨਤ ਬਹਿਲੋਲ ਵੇਚੀ, ਸੌਦਾ ਨਕਦ ਨਹੀਂ ਗੱਲ ਉਧਾਰ ਦੀਏ, ਹੋਕਾ ਸੁਣ ਕੇ ਜ਼ੁਬੈਦਾ ਨੇ ਗੌਰ ਕੀਤਾ, ਮਹਿੰਗੀ ਬੋਲੀ ਨਹੀਂ ਇਸ ਬਾਜ਼ਾਰ ਦੀਏ, ਸਸਤੀ ਜੰਨਤ ਜੇ ਆਓ ਖਰੀਦ ਲਵੀਏ, ਸੱਦ ਲੰਘਦੇ ਰਾਹੀਆਂ ਨੂੰ ਮਾਰ ਦੀਏ, ਹਾਰ ਸਿਰਫ ਬਹਾਨਾ ਅਜ਼ਮਾਇਸ਼ ਦਾ ਹਾਂ, ਅਸਲ ਕੀਮਤ ਅਲੀ ਦੇ ਪਿਆਰ ਦੀ, ਕਿੰਨਾ ਕੁ ਟਾਈਮ ਹੋਇਆ ਮੌਲੀ ਸਾਹਿਬ, ਪੌਣੇ 10 ਪਿਆ ਗਏ 11 ਪਿਆ ਹੁੰਦੇ ਨੇ, ਐਂ ਲੱਗਦਾ ਜਿਵੇਂ ਰਾਤ ਢਲ ਗਈ ਹੈ ਅਤੇ ਬੰਦੇ ਸੁੱਕ ਗਏ, ਬਿਲਕੁਲ ਅੱਲਾ ਦੀ ਕਸਮ ਹੈ ਸਾਨੂੰ ਕੋਈ ਗਰਜ਼ ਨਹੀਂ, ਜਿਤਨੇ ਜ਼ਾਕਿਰ ਆਏ ਅਸੀਂ ਉਹਨਾਂ ਦਾ ਬੇਹੱਦ ਸ਼ੁਕਰੀਆ ਅਦਾ ਕਰਦੇ ਹਾਂ, ਔਰ ਗਦੀਰੀ ਸਾਹਿਬ ਦਾ ਜਲਸਾ ਮੌਲਾ ਕਬੂਲ ਫਰਮਾਵੇ, ਔਰ ਤੁਹਾਡੀ ਨੌਕਰੀ ਮੌਲਾ ਕਬੂਲ ਫਰਮਾਵੇ, ਮੈਂ ਕੋ ਕੱਪ ਚੁੱਕਣਾ ਮੇਰਾ ਪੁੱਤਰ, ਤੂੰ ਬੋਲ ਸੇ ਤਾਂ ਮੈਂ ਪੜ੍ਹਨਾ, ਸਲਵਾਤ ਪੜਖ ਬਾਵਾ ਦੇ ਬੁਲੰਦ, ਥੋੜ੍ਹਾ ਜਿਹਾ ਪੜ੍ਹਨਾ ਹੈ ਬਸ, ਅਸੀਂ ਤਾਂ ਆਪਦਾ ਹਾਜ਼ਰੀ ਲਵਾਉਣੀ ਆਈ, ਹਾਜ਼ਰ ਹੋ ਗਏ ਬਸ, ਮਲਕ ਸਾਹਿਬ ਇਜਾਜ਼ਤ ਹੈ, ਮੇਰੇ ਸੀਨੀਅਰ ਹਨ ਮੋਹਤਰਮ ਹਨ, ਕਿਆ ਬਾਤ ਹੈ ਇਸ ਸ਼ਖਸ ਦੀ, ਅੱਲਾ ਇਸ ਦੀ ਹਿਫਾਜ਼ਤ ਫਰਮਾਵੇ, ਔਰ ਮੌਲਾ ਮਲਕ ਜਾਫਰ ਤਿਆਰ ਦੀ ਉਮਰ ਦਰਾਜ਼ ਫਰਮਾਵੇ, ਮੌਲਾ ਹਮੇਸ਼ਾ ਇਸਨੂੰ ਵਸਦਿਆਂ ਰੱਖੇ ਨਾਲ ਬਿਰਾਵਾਂ ਦੇ, ਤਵੱਜੋ ਹੈ ਬੜਾ ਕਸੀਦਾ, ਜਾਗਦਾ ਏ ਮੁਕੱਦਰ ਜਾਗਦਾ ਏ ਰੋਜ਼ਾਨਾ, ਜਾਗਦਾ ਏ ਮੁਕੱਦਰ ਜਾਗਦਾ ਏ ਰੋਜ਼ਾਨਾ, ਬਈ ਮੈਂ ਤੁਹਾਡੇ ਸੁਣਨ ਨਾਲ ਦੋ ਸ਼ੇਰ ਪੜ੍ਹਨੇ ਨੇ, ਅਦਰਵਾਈਜ਼ ਮੈਂ ਫਰਦੇ ਸਾਂ ਨਹੀਂ ਪੜ੍ਹ ਕੇ ਦੁਆ ਕਰਦੇ ਸਾਂ, ਨਾ ਗੱਲ ਬਗਦਾਦ ਦੇ ਚੌਕ ਚ ਬਹਿ ਕੇ ਆਖੇ ਇੱਕ ਮਸਤਾਨਾ ਮੁਕੱਦਰ ਜਾ, ਇੰਨੀ ਤਾਂ ਗੱਲ ਏ, ਹੁਣ ਮੈਨੂੰ ਪਤਾ ਲੱਗ ਗਿਆ ਸਾਰੇ ਬੰਦੇ ਬੋਲ ਪਏ ਨੇ, ਅਤੇ ਜਿੰਨੇ ਜਿਹੜੇ ਹੱਲੇ ਨੇ ਬੰਦੇ ਸਲਵਾਤ ਨਾਲ ਦਾ ਮਾਰ ਲੈਂਦੇ ਨੇ, ਸਲਵਾਤ ਆਖੀਏ ਤਾਂ ਹਾਲਾਂਕਿ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੂੰਹ ਹੱਲਦਾ ਨਾ,
ਸਾਡੇ ਨਾਲ ਦਾ ਮਾਰਦੇ ਨੇ ਸਾਕਰਾਂ ਨਾਲ। ਇਹ ਉਹ ਇਬਾਦਤ ਹੈ ਜਿਹੜੀ ਅੱਲਾਹ ਤਾਲਾ ਦੇ ਫਰਿਸ਼ਤੇ ਕਰਦੇ। ਸ਼ੀਆ ਜੈਨਵਨ ਬਣੋ, ਇੱਕ ਨੰਬਰ ਬਣੋ, ਮਿਹਰਬਾਨੀ ਫਰਮਾਓ, ਐਡੇ ਵੀ ਕੋਈ ਥੱਕੇ ਪਏ ਹੋ, ਦਾਈ ਲਾਉਂਦੇ ਰਹੋ, ਮਜਲਿਸ ਹੀ ਸੁਣਦੇ ਰਹੋ, ਕਈ ਉੱਠਦੇ ਰਹਿਣ, ਕਈ ਬਾਂਹਦੇ ਰਹਿਣ। ਗੱਲ ਬਗਦਾਦ ਦੇ ਚੌਕ 'ਚ ਬੈਠੇ ਆਖੇ ਇੱਕ ਮਸਤਾਨਾ, ਡਾਇਰੈਕਟ ਸ਼ੇਅਰ ਪੜ੍ਹਨਾ ਚਾਹੁੰਦਾ, ਆਹਮਦਪੁਰ ਸਿਆਲ ਦੀ ਨਗਰੀ ਏ, ਮੌਲਵੀ ਜ਼ਾਕਰ ਇੱਥੋਂ ਦੇ ਰਾਹ ਨਾਲ, ਨੌਕਰ ਬਣਿਆ ਮੈਂ ਸੈਦਾਂ ਦਾ ਬਦਲ ਗਏ ਤਕਦੀਰੇ, ਇਸ ਵਿੱਚ ਸ਼ੱਕ ਨਹੀਂ ਜੰਨਤ ਮੇਰੇ ਪੀਰਾਂ ਦੀ ਜਾਗੀਰ, ਨੌਕਰ ਬਣਿਆ ਮੈਂ ਸੈਦਾਂ ਦਾ ਬਦਲ ਗਏ ਤਕਦੀਰ, ਇਸ ਵਿੱਚ ਸ਼ੱਕ ਨਹੀਂ ਜੰਨਤ ਮੇਰੇ ਪੀਰਾਂ ਦੇ ਜਾਗੀਰ, ਜਿੱਥੋਂ ਮੇਰਾ ਦਿਲ ਚਾਹੁੰਦਾ ਹੈ ਮੈਂ ਵੇਚ ਵੇਚ ਕੇ ਖਾਨਾ ਮੁਕੱਦਰ ਜਾਗਦਾ, ਮੁਕੱਦਰ ਜਾਗਦਾ ਰੋਜ਼ਾ। ਸ਼ੇਰ ਉਹ ਚੰਗਾ ਹੁੰਦਾ ਜਿਹੜਾ ਆਪਣੀ ਤਸ਼ਰੀਹ ਆਪ ਕਰਦੇ ਹੋਏ, ਮੋਮਨ ਬਿਲਖਸੂਸ ਆਮਦਪੁਰ ਸਿਆਲ ਦੇ ਚੰਗੇ ਹੋਏ ਜਿਹੜੇ ਜ਼ਾਕਰ ਕੋਲੋਂ ਤਕਲੀਫ ਹੀ ਨਾ ਕਰਾਵਣ, ਇੰਤਜ਼ਾਰ 'ਚ ਬੈਠੇ ਹੋਣ ਜੋ ਪਿਛਲਾ ਜ਼ਾਕਰ ਕਿਸ ਲਈ ਆਉਣਾ ਅਤੇ ਇਹਨੇ ਛੱਡਣਾ, ਉਹ ਆਪ ਮੌਕੇ 'ਤੇ ਪਹੁੰਚ ਜਾਵੇ। ਮੈਂ ਕੋਈ ਤਸ਼ਰੀਹ ਨਹੀਂ ਕਰਦਾ, ਮੈਂ ਵੇਖਣਾ ਚਾਹੁੰਦਾ ਕਿਤਨੇ ਬੰਦਿਆਂ ਦੀ ਤਵੱਜੋ ਮੇਰੇ ਪਾਸੇ ਹੈ, ਜੰਨਤ ਲੈਣ ਜ਼ੁਬੈਦਾ ਚੋਲੀ ਦੇ ਵਿੱਚ, ਜੰਨਤ ਪਾ ਕੇ ਆਖੇ ਅਲੀ ਲਜਪਾਲ, ਬਹੁਤ ਮਿਹਰਬਾਨੀ, ਜੰਨਤ ਲੈਣ ਜ਼ੁਬੈਦਾ ਚੋਲੀ ਦੇ ਵਿੱਚ, ਜੰਨਤ ਪਾ ਕੇ ਆਖੇ ਅਲੀ ਲਜਪਾਲ, ਮੇਰੇ ਨਾਲ ਤੂੰ ਗੱਲ ਨਾ ਕਰ, ਨਹੀਂ ਤੇਰਾ ਵਿੱਚ ਕੋਈ ਆਨਾ, ਮੁਕੱਦਰ ਜਾਗਦਾ, ਮੁਕੱਦਰ ਜਾਗਦਾ ਰੋਜ਼ਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਮਿਹਰਬਾਨੀ। ਕਿਤਨੀ ਦੇਰ ਕੀ ਪਤਾ ਲੱਗੀ ਹੈ, ਇੱਕੋ ਸ਼ੇਰ ਪੜ੍ਹਨਾ, ਤੁਸੀਂ ਬਿਲਕੁਲ ਮੰਨਤ ਨਹੀਂ ਮੰਨਣੀ, ਮੈਂ ਤਾਂ ਗੌਸ ਪਾਕ ਦੀ ਯਾਰ ਹੀ ਮੰਨਣਾ। ਮੰਨਤ ਦਾ ਮੰਨਣਾ ਮੁਸਤਹਬ, ਅਦਾ ਕਰਨੀ ਵਾਜਬ, ਮੰਨਤ ਨਹੀਂ ਮੰਨਣੀ ਮੈਂ ਛੱਡੂ ਹਾਂ। ਪੁਰਾਣੇ ਜ਼ਮਾਨੇ 'ਚ ਇਹਨੇ ਹਲਵਾ ਅੱਜ ਖਵਾਇਆ ਤਾਂ ਉਹਦੀ ਪਰ ਸੋਚੀ ਜਾਂਦੇ ਵੀ ਪਤਾ ਨਹੀਂ ਬਣਿਆ ਕਿਹਦਾ ਹੈ, ਬਣਾਵਣ ਵਾਲੇ ਕਿਹੜੇ ਆਏ, ਕਿਵੇਂ ਪੁਰਾਣੇ ਜ਼ਮਾਨੇ ਸਾਡੇ ਬਜ਼ੁਰਗ ਹਲਵਾ ਪਕਾਈਂਦੇ ਹੁੰਦੇ ਆ ਅਤੇ ਮੌਲਵੀਆਂ ਨੂੰ ਸੱਦੇ ਹੁੰਦੇ ਆ, ਤਾਂ ਦੋ ਖਤਮਾਂ ਦਰੂਦਾਂ 'ਤੇ ਬੁਲਾਉਂਦੇ ਆ, ਗੁੜ ਦਾ ਹਲਵਾ ਹੁੰਦਾ ਹਾਈ, ਦੇਸੀ ਘਿਓ ਹੁੰਦਾ ਹਾ, ਉਹ ਮੌਲਵੀ ਤਰਾ ਚਾਰ ਬਹਿ ਗਏ ਨਾ, ਮੰਜੀਆਂ ਤੇ ਬਾਵਣਾ ਹੁੰਦਾ ਚਾਰ ਪਾਈਆਂ ਤੇ ਖੱਟਾਂ ਤੇ, ਹੈਂ ਮੰਜੀ ਤੁਹਾਨੂੰ ਪਤਾ ਤਰੇਡੀ ਵੇਡੀ ਹੋ ਜਾਂਦੀ ਹੈ, ਸਿੱਧੀ ਨਹੀਂ ਵੀ ਰਹਿੰਦੀ, ਉਹ ਪਰਾਤ ਰੱਖੀ ਤੇ ਉਹ ਘਿਓ ਜਿਹੜਾ ਦੇਸੀ ਹੈ ਨਾ ਇੱਕ ਸਾਈਡ ਤੇ ਹੋ ਗਿਆ, ਤੇ ਜਿਹੜੇ ਮੌਲਵੀ ਉਦਾਲੇ ਬੈਠੇ ਆ ਉਹਨਾਂ ਨੂੰ ਪੇਟ ਸੂਲ ਹੋ ਗਿਆ ਵੀ ਇੱਕ ਪਾਸੇ ਗਣਾ ਚਲਾ, ਉਹਨਾਂ ਕਹਾ ਖਲੋਵੇ ਖਲੋਵੇ ਖਲੋਵੇ, ਜੰਨਤ ਦੇ ਵਿੱਚ ਅੱਲਾ ਇੱਕ ਦੁੱਧ ਦੀ ਨਾਰ ਕੱਢੇਗਾ, ਉਹਨੇ ਸੱਜੀ ਉਂਗਲ ਅਸੀਂ ਫੇਰੀ ਨਾ ਤੇ ਅੱਧਾ ਵਿੱਚ ਘਿਓ ਉਸ ਲਕੀਰ ਚਾ, ਦੂਜੀ ਆਖਿਆ ਖਲੋਵੇ ਖਲੋਵੇ ਜੇ ਖਲੋ ਜੇ ਅੱਲਾ ਇੱਕ ਸ਼ਹਿਦ ਦੀ ਨਾਰ ਵੀ ਕੱਢ, ਉਹ ਕੁਝ ਗਿਓ ਉੱਧਰ ਆ ਗਿਆ, ਤੀਸਰਾ ਮੌਲਵੀ ਬੈਠਾ ਉਹਨੇ ਹਜ ਸਲੇ ਇਸਰਾ ਫਿਰ ਸੂਰ ਫੂਕੇਗਾ ਨਾ, ਅਰਸ਼ ਹੋ ਜਾਣੀ ਹੈ, ਮਿਲਿਆ ਮੇਟ ਮਿਲਿਆ ਮੇਟ ਮਿਲਿਆ, ਬਾਬਾ ਦੇ ਬੁਲੰਦ ਸਲਵਾਤ। ਮੈਂ ਕਿਸੇ ਨੂੰ ਕਿਹਾ ਆਖਣਾ ਹੈ, ਜਿਤਨੇ ਨੌਜਵਾਨ ਬੈਠੇ ਹੋ ਤੁਹਾਨੂੰ ਹੱਥ ਬੰਨ ਕੇ ਮਿਹਨਤ ਕਰਕੇ ਆਦਾ ਪਿਆ, ਕੱਲਾ ਬਹਿ ਕੇ ਸੋਚਿਆ ਹੈ ਘਰ ਵਿੱਚ ਜੈਂਦਾ ਅਲਮ ਲਵਾਇਆ, ਉਹ ਹੈ ਪਾਕ ਨਮਾਜ਼ ਜੀਓ, ਸਲਾਮਤ ਰਹੋ ਸਲਾਮਤ ਰਹੋ, ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਹੈ। ਬੰਦੇ ਵੇਖੋ ਨਾ ਹਨੇਰੇ ਦਾ ਫਾਇਦਾ ਚੁੱਕੀ ਖਲੋਤੇ, ਬਿਸਮਿਲ੍ਲਾ, ਕੱਲਾ ਬਹਿ ਕੇ ਸੋਚਿਆ ਹੈ ਕਿਵੇਂ ਗੁਜ਼ਰਿਆ, ਘਰ ਵਿੱਚ ਜੈਂਦਾ ਅਲਮ ਲਵਾਇਆ, ਉਹ ਹੈ ਪਾਕ ਪੰਜ ਤਨ ਪਾਕ ਨੂੰ ਰਾਜ਼ੀ ਕਰ, ਨਹੀਂ ਪੜਿਆ ਕਰ ਪੰਜ ਗਾਨਾ, ਮੁਕੱਦਰ ਜਾਗਦਾ ਏ ਮੁਕੱਦਰ ਜਾਗਦਾ ਏ ਰੋਜ਼ਾ ਨਾ ਆ।
ਕਤਰਾਏ ਗਾਲੀ ਹਿੰਨ ਬਾਏ ਸਬਾਈ। ਬਸ ਸਾਡੇ ਪਿੰਡਾਂ ਵਿੱਚ ਇਤਰਾਜ਼ ਹੁੰਦਾ ਸ਼ੀਆ ਰੋਂਦੇ ਕਿਉਂ, ਸ਼ਹੀਦਾਂ ਦੇ ਮੁਰੀਦ ਰੋਂਦੇ ਕਿਉਂ ਹਨ, ਕਰਬਲਾ ਵਾਲੇ ਪੀਰਾਂ ਨੂੰ ਰੋਂਦੇ ਕਿਉਂ ਹਨ। ਮੇਰਾ ਪੁੱਤਰ ਇਹਨਾਂ ਨਾਲ ਲੜਿਆ ਨਾ ਕਰੋ, ਜਿਸ ਵੇਲੇ ਕਾਲੇ ਕੱਪੜੇ ਪਾ ਕੇ ਤੁਸੀਂ ਮਜਲਸਾਂ 'ਚ ਬਹਿੰਦੇ ਹੋ ਨਾ, ਅਤੇ ਇਹ ਚੌਕਾਂ 'ਚ ਬੈਠੇ ਮੁਸਲਮਾਨਾਂ ਦੀ ਔਲਾਦ ਇੱਕ ਬਹਿਣ ਨੂੰ ਇਸ਼ਾਰਾ ਕਰਕੇ ਆਦੇ ਨੇ ਮਜਲਸ 'ਚ ਰੋਵਣ ਬਹਿੰਦੇ ਪਏ। ਤੁਹਾਨੂੰ ਪਤਾ ਹੁੰਦਾ ਫਲਾਂ ਦਾ ਪੁੱਤਰ ਹੈ, ਫਲਾਂ ਮਹੱਲੇ ਦਾ, ਫਲਾਂ ਪਿੰਡ ਦਾ, ਤੁਸੀਂ ਲੜ ਪਾਉਂਦੇ ਹੋ। ਮੈਂ ਸੈਯਦਾ ਇਮਾਮ ਹੁਸੈਨ ਦਾ ਮਦਾ ਖਾਨਾ ਹੱਥ ਬਣ ਕੇ ਮਿਹਨਤ ਕਰਦਾ ਪਿਆ, ਲੜਿਆ ਨਾ ਕਰੋ, ਉਹਦਾ ਮੋਢਾ ਲਾ ਕੇ ਦੱਸਿਆ ਕਰੋ ਰੋਵਣ ਦੀ ਵਜ੍ਹਾ। ਯਾਦ ਕਰ ਲਓ ਜਿਤਨੇ ਨੌਜਵਾਨ ਬੱਚੇ ਬੈਠੇ ਹੋ, ਕੁੱਲ ਤਰਾਏ ਗਾਲੀ ਹਿੰਨ ਬਾਏ ਸੁਭਾਈ, ਤੇ ਸ਼ੀਆ ਕੌਮ ਦੀਆਂ ਹਬਕਾ ਦਾ ਪਹਿਲਾਂ ਵਿੱਚ ਦਰਬਾਰ ਦੇ ਖੜ ਵੰਜਣਾ 9 ਘੰਟੇ ਆਉਣ ਦੇ। ਥੱਕੇ ਨਹੀਂ ਬੈਠੇ ਹੋ ਤਾਂ ਬਿਸਮਿਲ੍ਲਾ ਬੱਲਾ ਹੋਵੇ। ਪਹਿਲਾਂ ਵਿੱਚ ਦਰਬਾਰ ਦੇ ਖੜ ਵੰਜਣਾ 9 ਘੰਟੇ ਆਉਣ ਦੇ। ਗੋਡਿਆਂ ਤੋਂ ਹੱਥ ਲਾਉਣਾ ਪਹਿਲੀ ਗੱਲ, ਦੂਜੀ ਗੱਲ ਆਦਾ ਪਿਆ ਦੂਜਾ ਘਿਨ ਕੇ ਨਾਲ ਸ਼ਹਿਜ਼ਾਦਿਆਂ ਕੋ ਤੇ ਵੰਜ ਕਰਨਾ ਪੇਸ਼ ਗਵਾ ਦਾ, ਤੀਜਾ ਵਿੱਚ ਦਰਬਾਰ ਸ਼ਰਾਬੀ ਦੇ ਨਾ ਪੁੱਛਣਾ ਦੀ ਜ਼ਾ। ਲਾਲ ਮਾਦਾ ਉਹ ਕਿਹੜੀ ਜ਼ੈਨਬੇ ਜੈ ਫਿਰਾ ਦੀ ਮੁਹੱਬਤ ਵਿੱਚ ਨਸਲ ਮੁਕਾ ਛੋ।